ਹੈਲੋ ਐਵਰੀਵਨ, ਕਿਵੇਂ ਹੋ ਤੁਸੀਂ? ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅਸੀਂ ਵੀ ਸਾਰੇ ਠੀਕ ਹਾਂ। ਮੈਂ ਸ਼ਸ਼ੀ ਸਵਾਗਤ ਕਰਦੀ ਹਾਂ ਤੁਹਾਡੇ ਆਪਣੇ ਚੈਨਲ ਜਾਨਵੀ ਭਾਵਨਾ ਵਲੋਗ 'ਤੇ। ਸਟਾਰਟ ਕਰਦੇ ਹਾਂ ਅੱਜ ਦਾ ਵਲੋਗ, ਅਤੇ ਮੈਂ ਕਰ ਚੁੱਕੀ ਹਾਂ ਸਾਰੀਆਂ ਸਫਾਈਆਂ ਵਗੈਰਾ, ਬਸ ਰਸੋਈ ਰਹਿੰਦੀ ਆ। ਅਤੇ ਆ ਮੈਂ 2-4 ਕੱਪੜੇ ਧੋ ਕੇ ਸਟਾਏ ਨੇ, ਕਿਉਂਕਿ ਜਾਨਵੀ ਨੇ ਕੱਲ੍ਹ ਸਕੂਲ ਜਾਣਾ, ਅੱਜ ਉਹਦੀ ਛੁੱਟੀ ਹੈ ਅਤੇ ਉਹਦੇ ਡੈਡੀ ਨੇ ਕੰਮ 'ਤੇ ਜਾਣਾ, ਇਸ ਕਰਕੇ ਜ਼ਰੂਰੀ ਸੀਗੀ। ਅਤੇ ਇੱਧਰ ਜਾਨਵੀ ਨੂੰ ਲਾਤਾ ਸੀ ਮੈਂ ਰੋਟੀਆਂ ਦੇ, ਆਟਾ ਖੁੱਲ੍ਹ ਕੇ ਖੱਟੀਆਂ ਰੋਟੀਆਂ ਪਕਾਊਗੀ। ਵੈਸੇ ਆ ਲੇਟ ਥੋੜ੍ਹਾ ਸਲੋਪ ਕਰਦੇ, ਇਸ ਕਰਕੇ ਹੁਣ ਮੈਂ ਫ੍ਰੀ ਹੋ ਗਈ ਕੱਪੜੇ ਧੋ ਕੇ, ਅਤੇ ਹੁਣ ਮੈਂ ਪਕਾਊਂਗੀ ਰੋਟੀਆਂ। ਅਤੇ ਅਸੀਂ ਅੱਜ ਕਿਤੇ ਜਾਣਾ ਵਾ, ਇਸ ਕਰਕੇ ਥੋੜ੍ਹੀ ਕਾਹਲੀ ਆ, ਵੀ ਚਲੋ ਫਟਾਫਟ ਕੰਮ ਨਿਬੜ ਜੇ। ਅਤੇ ਬਾਕੀ ਮੇਰਾ ਰਸੋਈ ਦਾ ਹੀ ਕੰਮ ਰਹਿ ਗਿਆ ਵਾ, ਬਾਕੀ ਸਾਰਾ ਕੰਮ ਹੋ ਚੁੱਕਿਆ। ਅਤੇ ਚਲੋ ਜੀ, ਜਿੱਥੇ ਵੀ ਜਾਵਾਂਗੇ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਅਤੇ ਮੈਂ ਹੁਣ ਫਟਾਫਟ ਬਣਾ ਲੈਂਦੀ ਹਾਂ ਰੋਟੀਆਂ। ਹਾਂਜੀ ਫਰੈਂਡਸ, ਅਸੀਂ ਹੋ ਗਏ ਹਾਂ ਤਿਆਰ ਜਾਣ ਵਾਸਤੇ। ਅਤੇ ਦੇਖ ਲਓ ਭਾਵਨਾ, ਹਾਂਜੀ ਫਰੈਂਡਸ, ਅਸੀਂ ਗਏ ਸੀ ਮੇਰੇ ਤਾਏ ਦੇ ਘਰ। ਉਹ ਸਾਡੇ ਤੋਂ 5-6 ਕਿਲੋਮੀਟਰ ਦੂਰ ਹੀ ਰਹਿੰਦੇ ਨੇ। ਅਤੇ ਮੇਰੇ ਤਾਏ ਦੇ ਮੁੰਡੇ ਦੇ ਸੱਟ ਲੱਗ ਗਈ ਸੀ, ਯਾਨੀ ਕਿ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀ, ਅਤੇ ਮੈਂ ਉਹਨਾਂ ਦਾ ਪਤਾ ਲੈਣ ਗਈ ਸੀ। ਅਤੇ ਫਿਰ ਮੈਂ ਸੋਚਿਆ ਵੀ ਰੱਖੜੀ ਦਾ ਮੌਕਾ ਹੈ, ਅਤੇ ਵੀ ਚਲੋ ਮੈਂ ਜਾ ਰਹੀ ਹਾਂ ਤਾਂ ਰੱਖੜੀਆਂ ਲੈ ਜਾਂਦੀ ਹਾਂ, ਬੰਨ ਆਊਂਗੀ। ਇਸ ਕਰਕੇ ਫਿਰ ਅਸੀਂ ਇੱਥੇ ਰੱਖੜੀ ਖਰੀਦਣ ਵਾਸਤੇ ਖੜ੍ਹ ਗਏ ਸੀ ਥੋੜ੍ਹੀ ਦੇਰ ਵਾਸਤੇ। ਹਾਂਜੀ ਫਰੈਂਡਸ, ਅਸੀਂ ਪਹੁੰਚ ਗਏ ਸੀ ਉਹਨਾਂ ਦੇ ਘਰ, ਅਤੇ ਆ ਮੇਰੇ ਛੋਟੀ ਭਾਬੀ ਨੇ, ਅਤੇ ਜਿਨ੍ਹਾਂ ਦੇ ਹਸਬੈਂਡ 'ਤੇ ਚੋਟ ਲੱਗੀ ਉਹ ਨੇ, ਅਤੇ ਆਹ ਨੇ ਮੇਰੇ ਤਾਈ ਜੀ। ਅਤੇ ਉਹ ਪੁੱਛ ਰਹੇ ਸੀ ਵੀ ਇਹਦੇ ਕੀ ਹੋ ਗਿਆ ਭਾਵਨਾ ਦੇ, ਅਤੇ ਮੈਂ ਦੱਸ ਰਹੀ ਸੀਗੀ ਉਹਨਾਂ ਨੂੰ ਵੀ ਮੰਜੇ ਦਾ ਪਾਵਾ ਵੱਜਿਆ ਇਹਦੇ ਸਿਰ 'ਤੇ, ਅਤੇ ਇਸ ਕਰਕੇ ਇਹਦੇ ਚੋਟ ਲੱਗ ਗਈ ਹੈ। ਅਤੇ ਅੱਜ ਕੱਲ੍ਹ ਚੋਟਾਂ ਵੈਸੇ ਲੱਗਦੀਆਂ ਹੀ ਬਹੁਤ ਨੇ। ਅਤੇ ਜੀ ਅਸੀਂ ਆ ਗਏ ਸੀ ਇਹਨਾਂ ਦੇ ਘਰ, ਉਹ ਮੇਰੇ ਬ੍ਰਦਰ ਬੈਠੇ ਨੇ ਜਿਨ੍ਹਾਂ ਨੂੰ ਸੱਟ ਲੱਗੀ ਹੈ। Thank you.
ਹਾਂਜੀ ਫਰੈਂਡਸ, ਆ ਮੇਰੇ ਵੱਡੇ ਭਾਬੀ ਨੇ ਅਤੇ ਇਹਨਾਂ ਦੇ ਮੈਂ ਰੱਖੜੀ ਬੰਨ੍ਹ ਰਹੀ ਸੀਗੀ। ਉਸ ਤੋਂ ਬਾਅਦ ਫਿਰ ਮਤਲਬ ਇਹਨਾਂ ਦੇ ਜਿਹੜੇ ਹਸਬੈਂਡ ਨੇ ਉਹ ਹੈ ਨਹੀਂ ਸੀ, ਉਹ ਕੰਮ 'ਤੇ ਜਾ ਰਹੇ ਨੇ ਮੇਰੇ ਵੱਡੇ ਵੀਰ, ਅਤੇ ਇਹਨਾਂ ਦਾ ਬੇਟਾ ਵੀ ਸਕੂਲ ਜਾ ਰਿਹਾ ਸੀ, ਇਸ ਕਰਕੇ ਫਿਰ ਮੈਂ ਉਹਨਾਂ ਦੀ ਰੱਖੜੀ ਇਹਨਾਂ ਨੂੰ ਫੜਾਇਆ ਹੀ ਸੀਗੀ। ਅਤੇ ਚਲੋ ਜੀ, ਫਿਰ ਰੱਖੜੀ ਰੁਖੜੀ ਬੰਨ੍ਹਣ ਤੋਂ ਬਾਅਦ ਅਸੀਂ ਫਿਰ ਥੋੜ੍ਹੀ ਦੇਰ ਗੱਲਾਂ ਵਗੈਰਾ ਕੀਤੀਆਂ ਅਤੇ ਫਿਰ ਕੁਛ ਦੇਰ ਬੈਠ ਕੇ ਫਿਰ ਹੀ ਅਸੀਂ ਉੱਥੋਂ ਤੁਰੇ ਸੀਗੇ। ਅਤੇ ਆਹ ਦੇਖ ਲਓ ਭਾਵਨਾ ਕਿੰਨੀ ਮਸਤੀ ਨਾਲ ਬੈਠੀ ਹੋਈ ਆ, ਮਤਲਬ ਇਹਨੂੰ ਕੋਈ ਉਹ ਨਹੀਂ ਹੈਗਾ ਵੀ ਮੈਂ ਬਗਾਨੀ ਥਾਂ 'ਤੇ ਆਈ ਹਾਂ ਕਿ ਨਹੀਂ ਆਈ ਹਾਂ, ਐਨ ਆਰਾਮ ਨਾਲ ਬੈਠੀ ਹੈ ਅਤੇ ਸਭ ਕੁਛ ਦੇਖਣ ਲੱਗ ਰਹੀ ਹੈ। ਘਰ ਆਉਣ ਤੋਂ ਬਾਅਦ ਜੀ ਅਸੀਂ ਥੋੜ੍ਹੀ ਦੇਰ ਫਿਰ ਰੈਸਟ ਕੀਤਾ ਅਤੇ ਉਸ ਤੋਂ ਬਾਅਦ ਫਿਰ ਜਾਨਵੀ ਮੇਰੀ ਮਹਿੰਦੀ ਲਾਉਣ ਲੱਗ ਗਈ, ਕਿਉਂਕਿ ਸਾਡੇ ਇੱਥੇ ਕੱਲ੍ਹ ਨੂੰ ਤੀਆਂ ਦਾ ਪ੍ਰੋਗਰਾਮ ਹੈ ਇਸ ਕਰਕੇ। ਅਤੇ ਇੱਕ ਹੱਥ 'ਤੇ ਮੈਂ ਹੁਣ ਦਵਾਈ ਹੈ, ਇੱਕ ਹੱਥ 'ਤੇ ਮੈਂ ਟਾਈਮ ਲੱਗਾ ਤਾਂ ਮੈਂ ਰਾਤ ਨੂੰ ਲਵਾਊਂਗੀ। ਅਤੇ ਵੈਸੇ ਜਾਨਵੀ ਖੁਦ ਦਾ ਹੀ ਹੱਥ ਭਰਦੀ ਰਹਿੰਦੀ ਹੈ ਅਤੇ ਮੈਂ ਬਹੁਤ ਘੱਟ ਮਹਿੰਦੀ ਲਵਾਉਂਦੀ ਹਾਂ, ਕਦੇ ਕਦੇ ਲਵਾਉਂਦੀ ਹਾਂ, ਮਤਲਬ ਬਹੁਤ ਹੀ ਘੱਟ ਲਵਾਉਂਦੀ ਹਾਂ ਮੈਂ ਮਹਿੰਦੀ, ਕਿਉਂਕਿ ਪਤਾ ਨਹੀਂ ਮੈਨੂੰ ਕੁਛ ਤਾਂ ਸ਼ੌਂਕ ਵੀ ਘੱਟ ਹੈ ਅਤੇ ਕੁਛ ਮੇਰਾ ਮੈਨੂੰ ਐਂ ਹੁੰਦਾ ਵੀ ਆਹ ਕੰਮ ਕਰਨ ਵਾਲਾ, ਆਹ ਕੰਮ ਕਰਨ ਵਾਲਾ, ਵੀ ਜੇ ਮੈਂ ਮਹਿੰਦੀ ਲਵਾਉਂਗੀ ਫਿਰ ਮੈਂ ਕੰਮ ਕਿਵੇਂ ਕਰੂੰਗੀ, ਮੈਨੂੰ ਥੋੜ੍ਹਾ ਆਹ ਹੋ ਜਾਂਦਾ ਵੀ ਚਲੋ ਹੁਣ ਦੁਪਹਿਰੇ ਫ੍ਰੀ ਸੀਗੀ ਅਤੇ ਮੈਂ ਜਾਨਵੀ ਨੇ ਕਿਹਾ ਵੀ ਚਲ ਥੋੜ੍ਹੀ ਦੇਰ ਲਵਾ ਲਾਂ ਕਿਉਂਕਿ ਕੰਮ 4 ਵਜੇ ਤੋਂ ਬਾਅਦ ਸਟਾਰਟ ਹੋਏਗਾ, ਅਤੇ ਮੈਨੇ ਕਿਹਾ ਚਲੋ ਹੁਣ ਲਾ ਦਿਓ ਫਿਰ। ਹਾਂਜੀ ਫਰੈਂਡਸ, ਸ਼ਾਮ 3 ਵੱਜ ਗਏ ਨੇ ਸ਼ਾਮ ਦੇ ਅਤੇ ਮੈਂ ਮਹਿੰਦੀ ਧੋ ਲਈ ਆਪਣੀ, ਮੇਰੀ ਮਹਿੰਦੀ ਦੇਖੋ ਐਵੇਂ ਦੀ ਰਚੀ ਹੈ ਕਿਉਂਕਿ ਹੁਣ ਕੰਮ ਦਾ ਟਾਈਮ ਹੋ ਗਿਆ ਅਤੇ ਕੰਮ ਵੀ ਕਰਨਾ ਜ਼ਰੂਰੀ ਹੈ ਹੈ ਨਾ, ਤਾਂ ਹੀ ਤਾਂ ਮੈਂ ਵੈਸੇ ਮੈਂ ਮਹਿੰਦੀ ਲਵਾਉਂਦੀ ਨਹੀਂ ਹੁੰਦੀ, ਮੈਨੂੰ ਪਤਾ ਮੇਰਾ ਟਾਈਮ ਨਹੀਂ ਲੱਗਣਾ ਨਾ ਲਵਾਉਣ ਦਾ ਅਤੇ ਫਿਰ ਨਾ ਰੱਖਣ ਦਾ ਉਹਨੂੰ, ਅਤੇ ਚਲੋ ਜੀ ਇੰਨੀ ਕਰਾਚ ਗਈ ਸੀ ਅਤੇ ਫਿਰ ਮੈਂ ਇਹਨੂੰ ਧੋ ਲਿਆ ਵਾ ਕਿਉਂਕਿ ਹੁਣ ਮੈਂ ਕੰਮ ਕਰੂੰਗੀ। ਮੈਂ ਭਾਂਡੇ ਛੱਡ ਕੇ ਗਈ ਸੀ, ਉਹ ਹਜੇ ਤੱਕ ਐਂ ਹੀ ਪਏ ਆ, ਮੈਨੂੰ ਮੈਂ ਮਹਿੰਦੀ ਲਾ ਲਈ ਹੈ ਅਤੇ ਜਾਨਵੀ ਨੇ ਮਾਂਜੇ ਨਹੀਂ ਹੈਗੇ, ਅਤੇ ਪਹਿਲਾਂ ਤਾਂ ਮੈਂ ਹੁਣ ਇਹਨੂੰ ਧੋ ਕੇ ਚਾਹ ਬਣਾਉਂਗੀ ਕਿਉਂਕਿ ਇਹਦੇ ਡੈਡੀ ਚਲੇ ਗਏ ਨੇ ਕੰਮ 'ਤੇ, ਉਹ ਚਾਹ ਪੀ ਕੇ ਸੀ ਉਹਨਾਂ ਵਾਸਤੇ ਬਣਾਈ ਸੀਗੀ ਅਤੇ ਸਾਨੂੰ ਥੋੜ੍ਹਾ ਜਿਹਾ ਰਾਸ਼ਨ ਲੈ ਕੇ ਦੇ ਗਏ ਨੇ, ਅਤੇ ਹੁਣ ਮੈਂ ਪਹਿਲਾਂ ਚਾਹ ਬਣਾਉਂਗੀ, ਭਾਵਨਾ ਨੂੰ ਪਿਆਉਂਗੀ, ਉਸ ਤੋਂ ਬਾਅਦ ਮੈਂ ਭਾਂਡੇ ਭੁੰਡੇ ਮਾਂਜੂੰਗੀ, ਸੈਲਫ ਵਗੈਰਾ ਸਾਫ਼ ਕਰੂੰਗੀ। ਹਾਂਜੀ ਪੁੱਤ, ਕੀ ਹੋ ਗਿਆ? ਭਾਵਨਾ ਵੀ ਨਾ ਹੁਣ ਸੌ ਕੇ ਉੱਠੀ ਹੈ। ਕੱਬੂ ਦਿਖਾਈ, ਅੱਖ ਦਿਖਾਈ ਪੁੱਤ, ਅਸੀਂ ਛੋਜਾ ਆ ਗਿਆ, ਛੋਜਾ ਸੋਜਾ ਆ ਗਿਆ ਅੱਖ 'ਚ, ਠੀਕ ਹੋ ਜੂਗਾ ਹੈ ਨਾ, ਹੋ ਜੂਗੀ ਨਾ ਠੀਕ ਹੌਲੀ ਹੌਲੀ, ਸਭ ਠੀਕ ਹੋ ਜੂਗੀ। ਅਤੇ ਬਾਰਿਸ਼ ਆਈ ਸੀ ਅਤੇ ਕੱਪੜੇ ਤਾਰਤੇ ਸੀ ਮੰਮੀ ਨੇ ਪਿੱਛੋਂ, ਹੁਣ ਮੈਂ ਦੁਬਾਰਾ ਪਾਏ ਨੇ, ਅਤੇ ਇਹਦੇ ਡੈਡੀ ਚਲੇ ਗਏ ਨੇ ਦੁਬਾਰਾ ਕੰਮ 'ਤੇ ਮੇਰੇ ਲਾਉਣ ਤੋਂ ਬਾਅਦ, ਦੇਖ ਲਓ ਆਪਦੇ ਲਾ ਕੇ ਬਹਿ ਗਈ ਆ, ਨਾਲੇ 3-4 ਦਿਨ ਹੀ ਹੋਏ ਨਾ ਲਾਈ ਨੂੰ, ਦਿਖਾਏ ਕੁੜੀਏ ਹਾਂ, ਦੇਖ ਲਓ ਕਿਵੇਂ ਹੱਥ ਭਰੀ ਫਿਰਦੀ ਆ। ਫਰੈਂਡਸ, ਮੈਂ ਰੱਖਤੀ ਹੈ ਚਾਹ ਬਣਾਉਣ ਵਾਸਤੇ, ਅਤੇ ਨਾ ਉਹ ਇਹਦਾ ਸਾਡਾ ਹੈਂਡਲ ਟੁੱਟ ਗਿਆ ਇਸ ਟੋਪੀ ਇਹਦਾ, ਅਤੇ ਇਸ ਕਰਕੇ ਆਹ ਰੱਖਿਆ ਵਾ ਚੱਕਣ ਵਾਸਤੇ, ਅਤੇ ਉਹਦੇ ਮਾਂਜਣ ਵਾਲਾ ਸੀ, ਫਿਰ ਮੈਂ ਯੂਜ ਨਹੀਂ ਕੀਤਾ, ਮੈਂ ਇਕੱਠੇ ਮਾਂਜੂੰਗੀ। ਅਤੇ ਆਹ ਇਹਦੇ ਡੈਡੀ ਲੈ ਕੇ ਗਏ ਨੇ, ਦੇ ਕੇ ਗਏ ਨੇ ਸਾਨੂੰ ਸਮਾਨ, ਦਾਲਾਂ 2 ਅਤੇ ਛੋਲੇ ਅਤੇ ਬਾਥਰੂਮ ਦਾ ਸਾਡਾ ਸਾਰੇ ਸਮਾਨ ਖਤਮ ਹੋ ਰਿਹਾ ਸੀ, ਸਾਬਣ ਨਹਾਉਣ ਵਾਲੀਆਂ
ਭਾਂਡੇ ਮਾਂਜਣ ਵਾਲੀਆਂ ਸਾਬਣਾਂ, ਸਰਫ, ਕੱਪੜੇ ਧੋਣ ਵਾਲੀ ਸਾਬਣ, ਕੋਲਗੇਟ, ਨੀਲ, ਸਭ ਕੁਛ ਹੀ ਖਤਮ ਹੋਇਆ ਪਿਆ ਸੀਗਾ। ਅਤੇ ਮੈਂ ਕਿਹਾ ਚਲੋ ਸਾਨੂੰ ਦੇ ਦਿਓ ਹੈ ਨਾ, ਫਿਰ ਸਾਨੂੰ ਮੈਨੂੰ ਮਾਰਕੀਟ ਨਾਲ ਜਾਣਾ ਪਊਗਾ। ਉਹ ਲੈ ਕੇ ਦੇ ਗਏ ਨੇ। ਅਤੇ ਜੀ ਆਹ ਲੈ ਲਾ, ਖੇਲ ਲਾ, ਖੁੱਲ੍ਹਣੀ ਨਹੀਂ ਤੇਰੇ ਤੋਂ। ਚਾਹ ਮੇਰੀ ਉੱਬਲ ਗਈ ਹੈ। ਲਓ ਜੀ ਫਰੈਂਡਸ, ਮੈਂ ਹਟੇ ਸੀ ਹਜੇ ਚਾਏ ਪੀ ਕੇ, ਅਤੇ ਨਾਲ ਦੀ ਨਾਲ ਆ ਗਈ ਬਾਰਿਸ਼, ਅਤੇ ਬਾਰਿਸ਼ ਵੀ ਬਹੁਤ ਤਗੜੀ ਬਾਰਿਸ਼ ਆ, ਕਾਫੀ ਵਧੀਆ ਵਾਲੀ ਬਾਰਿਸ਼ ਆ, ਇੰਨੀ ਵੀ ਮਾੜੀ ਮੋਟੀ ਹੈ, ਬਹੁਤ ਸੋਹਣੀ ਬਾਰਿਸ਼ ਹੋ ਰਹੀ ਹੈ। ਅਤੇ ਦੂਜੀ ਵਾਰ ਆਈ ਆ, ਦੂਜੀ ਵਾਰ ਮਤਲਬ ਇਸ ਕਰਕੇ ਕਿਉਂਕਿ ਜਦੋਂ ਅਸੀਂ ਮੇਰੇ ਤਾਏ ਦੇ ਘਰੋਂ ਵਾਪਸੀ ਕਰ ਰਹੇ ਸੀਗੇ ਉਦੋਂ ਆ ਗਈ ਸੀ ਇੱਕ ਵਾਰੀ, ਉਦੋਂ ਥੋੜ੍ਹੀ ਘੱਟ ਸੀ ਅਤੇ ਹੁਣ ਜ਼ਿਆਦਾ ਹੈ। ਅਤੇ ਦੇਖ ਲਓ ਹਵਾ ਵੀ ਬਹੁਤ ਤੇਜ਼ ਚੱਲ ਰਹੀ ਹੈ, ਕਿਵੇਂ ਬਿਰਖ ਹਿੱਲਣ ਲੱਗ ਰਹੇ ਨੇ, ਅਤੇ ਬਾਰਿਸ਼ ਵੀ ਕਿੰਨੀ ਤੇਜ਼ ਹੈ। ਅਤੇ ਮੇਰੀ ਨਨਾਣ ਕਹਿੰਦੀ ਹੈ ਉਹਨਾਂ ਦੇ ਬਾਰਿਸ਼ ਨਹੀਂ ਆਉਂਦੀ ਹੈਗੀ, ਉਹ ਮੈਨੂੰ ਰੋਜ਼ ਕਹਿੰਦੀ ਹੈ ਵੀ ਸਾਡੇ ਭੇਜ ਦੇ, ਸਾਡੇ ਭੇਜ ਦੇ। ਵੀ ਦੱਸ ਮੈਂ ਕਿਵੇਂ ਭੇਜਾਂ ਹੁਣ, ਕਿਉਂਕਿ ਸਾਡੇ ਰੋਜ਼ ਆ ਜਾਂਦੀ ਆ, ਉਹ ਮੰਗਦੀ ਹੈ ਵਿਚਾਰੀ, ਉਹਨਾਂ 'ਤੇ ਆਉਂਦੀ ਨਹੀਂ ਹੈਗੀ ਬਾਰਿਸ਼, ਬਸ ਐਂ ਆ ਜਿੱਥੇ ਮੰਗਦੇ ਨੇ ਲੋਕ ਉੱਥੇ ਆਉਂਦੇ ਨਹੀਂ। ਪਹਿਲਾਂ ਸਾਡੇ ਵੀ ਨਹੀਂ ਆਉਂਦੀ ਹੁੰਦੀ ਸੀ, ਅਸੀਂ ਵੀ ਰੋਜ਼ ਮੰਗਦੇ ਹੁੰਦੇ ਸੀ, ਪਰ ਹੁਣ ਤਾਂ ਲਗਾਤਾਰ ਆ ਹੀ ਜਾਂਦੀ ਹੈ, ਤੀਜੇ ਚੌਥੇ ਦਿਨ ਆ ਜਾਂਦੀ ਹੈ। ਅਤੇ ਵਾਕਈ ਸੌਣ ਹੈਗਾ ਸਾਡੇ ਦਾ ਇੱਧਰ। ਅਤੇ ਚਲੋ ਜੀ ਫਿਰ ਬਾਰਿਸ਼ ਦਾ ਆਨੰਦ ਲਵਾਂਗੇ, ਅਤੇ ਨਾਲ ਹੀ ਨਾਲ ਕਰਦੇ ਹਾਂ ਪਰ ਰਸੋਈ ਦਾ ਕੰਮ, ਭਾਂਡੇ ਮੇਰੇ ਮਾਂਜਦੀ ਹੈ ਪਹਿਲਾਂ ਮੈਂ, ਫਿਰ ਦੇਖਾਂਗੇ ਸ਼ਾਮ ਨੂੰ ਕੀ ਕਰਨਾ। ਲਓ ਜੀ ਫਰੈਂਡਸ, ਆਪਾਂ ਨੇ ਕਰਤਾ ਰਸੋਈ ਦਾ ਸਾਰਾ ਕੰਮ, ਗੈਸ ਸਾਫ਼ ਕਰਤੇ, ਇੰਡਕਸ਼ਨ ਸਾਫ਼ ਕਰਤਾ, ਸੈਲਫ ਸਾਫ਼ ਕਰਤੀ, ਅਤੇ ਭਾਂਡੇ ਦੇਖ ਲਓ ਸਾਰੇ ਮਾਂਜਦੇ ਆ, ਅਤੇ ਨੀਚੇ ਵੀ ਮੈਂ ਪੋਚਾ ਲਗਾਤਾ, ਵੈਸੇ ਤਾਂ ਨਹੀਂ ਲਗਾਉਣਾ ਚਾਹੀਦਾ ਸੀ ਕਿਉਂਕਿ ਬਾਰਿਸ਼ ਆ ਰਹੀ ਹੈ ਬਾਹਰ, ਅਤੇ ਪਰ ਫਿਰ ਮੈਂ ਲਾਤਾ, ਮੈਂ ਕਿਹਾ ਹੈ ਨਾ ਕੋਈ ਚਿਪ ਚਿਪ ਵਗੈਰਾ ਨਾ ਕਰੇ ਪੈਰਾਂ 'ਤੇ। ਅਤੇ ਚਲੋ ਪੱਖਾ ਚਲਾ ਦਿੰਦੇ ਹਾਂ, ਸੁੱਕ ਜਾਏਗਾ ਕਿਉਂਕਿ ਲਾਈਟ ਜਾ ਰਹੀ ਹੈ, ਸ਼ਾਇਦ ਚਲਾ ਕੇ ਛੱਡ ਦਿੰਦੇ, ਜਦੋਂ ਲਾਈਟ ਆਊਗੀ ਫਿਰ ਚੱਲ ਜੂਗਾ। ਅਤੇ ਐਵੇਂ ਆ ਨਾ ਵੀ ਜਦੋਂ ਤੱਕ ਮੈਂ ਸ਼ਾਮ ਦੀ ਰੋਟੀ ਪਾਣੀ ਦੀ ਤਿਆਰੀ ਕਰੂੰਗੀ ਉਦੋਂ ਤੱਕ ਆਪਣਾ ਫਰਸ਼ ਸੁੱਕ ਜਾਏਗਾ। ਅਤੇ ਇੱਧਰ ਦੇਖ ਲਓ ਬਾਰਿਸ਼ ਕਰਕੇ, ਇੱਥੇ ਜੀ ਮੈਂ ਲਾਉਣ ਲੱਗ ਗਈ ਸੀ ਫਿਰ ਤੜਕਾ, ਅਤੇ ਅੱਜ ਮੈਂ ਬਣਾਊਂਗੀ ਕੱਦੂ, ਕੱਦੂ ਦੀ ਸਬਜ਼ੀ, ਅਤੇ ਤੜਕਾ ਲਾ ਕੇ ਫਟਾਫਟ। ਅਤੇ ਫਿਰ ਮੈਂ ਦੁੱਧ ਵੀ ਰੱਖਤਾ ਸੀ ਨਾਲ ਹੀ ਗਰਮ ਕਰਨ ਵਾਸਤੇ, ਅਤੇ ਮੈਂ ਕਿਹਾ ਚੱਲ ਵੀ ਦੁੱਧ ਗਰਮ ਹੋ ਜਾਏਗਾ, ਦਿਨ ਵਾਲਾ ਦੁੱਧ ਗਰਮ ਕਰ ਰਹੀ ਸੀ ਮੈਂ ਕਿਉਂਕਿ ਸ਼ਾਮ ਵਾਲਾ ਦੁੱਧ ਤਾਂ ਹਜੇ ਆਇਆ ਨਹੀਂ ਸੀਗਾ, ਅਤੇ ਟਾਈਮ ਵੀ ਨਹੀਂ ਹੋਇਆ ਸੀ ਇੰਨਾ, ਅੱਜ ਮੈਂ ਛੇਤੀ ਤੜਕਾ ਲਾ ਲਿਆ। ਅਤੇ ਐਵੇਂ ਆ ਵੀ ਚਲੋ ਜਲਦੀ ਕੰਮ ਨਿਬੜ ਜਾਏਗਾ ਕਿਉਂਕਿ ਬਾਰਿਸ਼ ਕਰਕੇ ਹੁੰਦਾ ਵੀ ਜੇ ਬਾਰਿਸ਼ ਆ ਗਈ ਫਿਰ ਕੀ ਪਤਾ ਇੱਧਰ ਦੀ ਬਾਰਿਸ਼ ਹੋਵੇ ਅਤੇ ਮੇਰੇ ਤੋਂ ਕੰਮ ਬਣੇ ਨਾ ਸਾਰਾ, ਇਸ ਕਰਕੇ ਵੀ ਚਲੋ ਫਟਾਫਟ ਨਿਬੇੜ ਲੈਂਦੇ ਆਪਾਂ। ਹਾਂਜੀ, ਇਹਦੇ ਨਾਲ ਹੀ ਕਰਦੇ ਹਾਂ ਆਪਾਂ ਇਸ ਬਲੌਗ ਦੀ ਐਂਡਿੰਗ। ਜੇ ਤੁਹਾਨੂੰ ਸਾਡਾ ਬਲੌਗ ਵਧੀਆ ਲੱਗਾ ਹੋਇਆ ਪਲੀਜ਼ ਸਾਡੇ ਬਲੌਗ ਨੂੰ ਲਾਈਕ ਜ਼ਰੂਰ ਕਰਨਾ, ਸਾਡੇ ਚੈਨਲ 'ਤੇ ਨਵੇਂ ਆਏ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ, ਬੈਲ ਆਈਕਨ ਦੇ ਬਟਨ ਨੂੰ ਦਬਾ ਲੈਣਾ ਤਾਂ ਕਿ ਆਉਣ ਵਾਲੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਤੋ ਜੀ ਕਮੈਂਟ ਕਰਦਿਆ ਕਰੋ, ਸ਼ੇਅਰ ਕਰਦਿਆ ਕਰੋ, ਧੰਨਵਾਦ ਜੀ, ਬਾਏ ਬਾਏ ਜੀ, ਹੱਸਦੇ ਵਸਦੇ ਰਹੋ ਜੀ।